ਕੁਦਰਤ ਦਾ ਨਿਯਮ ਹੈ ਕਿ ਹਰ ਚੀਜ਼ ਦਾ ਫਾਇਦਾ ਅਤੇ ਨੁਕਸਾਨ ਨਾਲੋ ਨਾਲ ਹੁੰਦੇ। ਪਿਛਲੇ ਸਮੇਂ ਵਿੱਚ ਸਮਾਜ ਵਿੱਚ ਆਈਆਂ ਕਈ ਕੁਦਰਤੀ ਆਫਤਾਂ ਨੇ ਜਿੱਥੇ ਮਨੁੱਖ ਦਾ ਵੱਡਾ ਨੁਕਸਾਨ ਕੀਤਾ ਹੈ, ਉੱਥੇ ਇਹਨਾਂ ਮਾੜੇ ਹਾਲਾਤਾਂ ਨੇ ਮਨੁੱਖ ਨੂੰ ਕੁਦਰਤ ਦੇ ਨੇੜੇ ਹੋਣ ਦਾ ਵੀ ਮੌਕਾ ਪ੍ਰਦਾਨ ਕੀਤਾ ਹੈ। ਪਿਛਲੇ ਕੁਝ ਸਾਲਾਂ ਵਿੱਚ ਆਮ ਲੋਕਾਂ ਵਿੱਚ ਘਰਾਂ, ਖੇਤਾਂ ਅਤੇ ਖਾਲੀ ਥਾਵਾਂ 'ਤੇ ਪੌਦੇ ਲਾਉਣ ਦਾ ਰੁਝਾਨ ਵੀ ਕਾਫੀ ਵੱਧ ਚੁੱਕਾ ਹੈ। ਮੈਂ ਜਸਵੰਤ ਸਿੰਘ, ਸਰਪੰਚ ਪਿੰਡ ਮੋਰਾਂ ਵਾਲੀ, ਮੇਰੇ ਨਾਲ ਹਰਪ੍ਰੀਤ ਸਿੰਘ ਜੀ ਗਿੱਲ, ਮੈਂਬਰ ਪੰਚਾਇਤ, ਬਲਜੀਤ ਸਿੰਘ ਸੰਧੂ ਮੈਂਬਰ ਪੰਚਾਇਤ, ਇਹ ਸਾਰੇ ਹਨ। ਸਾਨੂੰ ਬੂਟੇ ਲਾਉਣ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਕ ਹੈ ਅਤੇ ਅਸੀਂ ਆਪਣੇ ਪਿੰਡ ਮੋਰਾਂ ਵਾਲੀ ਦੇ ਵਿੱਚ ਬਹੁਤ ਜ਼ਿਆਦਾ ਪਲਾਂਟੇਸ਼ਨ ਕਰਵਾਈ ਹੈ ਔਰ ਵੱਖ ਵੱਖ ਤਰ੍ਹਾਂ ਦੇ ਬੂਟੇ ਲਾਏ ਹੈ, ਫੁੱਲਾਂ ਵਾਲੇ ਵੀ, ਛਾਂ ਵਾਲੇ ਵੀ, ਫਲਾਂ ਵਾਲੇ ਵੀ, ਸਜਾਵਟ ਵਾਲੇ ਵੀ। ਉਹਦਾ ਕਾਰਨ ਇਹ ਹੈ ਪਿੰਡ ਦੇ ਵਿੱਚ ਜ਼ਿਆਦਾ ਬੂਟੇ ਲਵਾਉਣ ਦਾ ਕਿ ਅੱਜ ਜੋ ਦੌਰ ਹੈ, ਜ਼ਿਆਦਾ ਪੋਲਿਊਸ਼ਨ ਦਾ ਦੌਰ ਹੋ ਚੁੱਕਿਆ, ਮੋਟਰਾਂ ਗੱਡੀਆਂ ਦਾ, ਫੈਕਟਰੀਆਂ ਦਾ ਮੋਨੋਕਾਰਬਨ ਡਾਈਆਕਸਾਈਡ ਵੱਧ ਚੁੱਕਿਆ, ਜਿਹੜਾ ਹਵਾ ਦਾ, ਸਾਫ਼ ਹਵਾ ਦਾ ਪੱਧਰ ਹੈ ਉਹ ਘੱਟ ਰਿਹਾ ਹੈ। ਇਸ ਕਰਕੇ ਮਨੁੱਖ ਦੇ ਜੀਣ ਲਈ ਸਭ ਤੋਂ ਪਹਿਲਾਂ ਸਾਹ ਜ਼ਰੂਰੀ ਹੈ। ਜੇਕਰ ਸਾਹ ਸਾਫ਼ ਹਵਾ ਨਹੀਂ ਆਏਗੀ ਤਾਂ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ। ਇਸ ਨਾਲ ਪੰਜਾਬ ਵਿੱਚ ਪੌਦਿਆਂ ਦੀਆਂ ਨਰਸਰੀਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਮਹਾਮਾਰੀ ਦੇ ਦਿਨਾਂ ਵਿੱਚ ਆਕਸੀਜਨ ਦੀ ਘਾਟ ਆਉਣ ਕਾਰਨ ਹੁਣ ਬਹੁਤੇ ਲੋਕਾਂ ਨੇ ਘਰਾਂ ਵਿੱਚ ਆਕਸੀਜਨ ਦੀ ਪੂਰਤੀ ਲਈ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ। ਆਮ ਤੋਂ ਨਿੰਬੂ ਔਰ ਕਿੰਨੂ ਅਮਰੂਦ ਵਿਕਦਾ ਹੈ, ਛਾਂ ਵਾਲੀ ਵਿਕਦੇ ਹੈ। ਇਸ ਵੇਲੇ ਪੰਜਾਬ ਦੇ ਹਰ ਸ਼ਹਿਰ ਦੇ ਆਸ ਪਾਸ ਨਰਸਰੀਆਂ ਖੁੱਲ੍ਹ ਗਈਆਂ ਨੇ ਅਤੇ ਲੋਕ ਵੱਖ ਵੱਖ ਤਰ੍ਹਾਂ ਦੇ ਪੌਦੇ ਖਰੀਦ ਕੇ ਲਗਾ ਰਹੇ ਨੇ। ਇਸ ਰੁਝਾਨ ਨਾਲ ਜਿੱਥੇ ਮਨੁੱਖ ਨੂੰ ਕੁਦਰਤ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਉੱਥੇ ਸਾਡਾ ਵਾਤਾਵਰਨ ਵੀ ਪਹਿਲਾਂ ਨਾਲੋਂ ਸਾਫ਼ ਹੋਇਆ। ਅਸੀਂ ਆਸ ਕਰਦੇ ਹਾਂ ਕਿ ਇਹ ਰੁਝਾਨ ਹੋਰ ਵਧੇ ਅਤੇ ਸਾਡਾ ਆਲਾ ਦੁਆਲਾ ਹੋਰ ਸਾਫ਼ ਸੁਥਰਾ ਹੋਵੇ ਤਾਂ ਜੋ ਮਨੁੱਖ ਨੂੰ ਸਾਫ਼ ਸੁਥਰੀ ਹਵਾ ਮਿਲ ਸਕੇ।